ਵੈਲਕਮ ਜੀ ਜਿਹੜਾ ਮੁਕਸਰ ਦੇ ਪਿੰਡ ਭੁੱਲਰ ਵਿੱਚ ਆਏ ਆ ਤੇ ਆਪਣੇ ਨਾਲ ਬਾਈ ਪਿੰਦਾ ਭੁੱਲਰ ਆ ਬਾਈ ਕੋਲ ਪਾਰਸ ਘੋੜਾ ਮਹਾਰਾਣਾ ਡੋੜਦਾ ਬੱਚਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਕਿਵੇਂ ਸ਼ੌਂਕ ਲੱਗਿਆ ਕਿਵੇਂ ਮਤਲਬ ਕਦੋਂ ਘੋੜਾ ਪਹਿਲਾ ਸਾਂਣ ਰੱਖਿਆ ਜਾਂ ਕਿਵੇਂ ਇਹਦੋਂ ਪਹਿਲਾਂ ਵੀ ਸਾਂਣ ਪਾਲ ਚੁੱਕੇ ਆ ਬਹੁਤ ਬਹੁਤ ਸਵਾਗਤ ਆ ਬਾਈ ਪਿੰਦੇ ਤੇ ਹੋਰ ਵੀ ਸਾਰੇ ਸੱਜਣਾਂ ਦਾ ਬਹੁਤ ਬਹੁਤ ਸਵਾਗਤ ਆ ਸਾਡੇ ਵੰਗੋ ਇਥੋਂ ਭੁੱਲਰ ਆਰ ਬੰਨਗੋ ਬਾਈ ਜੀ ਆਏ ਨੂੰ ਸਾਨੂੰ ਜੀ ਵੈਲਕਮ ਵੱਡੇ ਭਾਈ ਤੇ ਬਾਈ ਪਿੰਦੇ ਆਪਾਂ ਗੱਲ ਕਰੀਏ ਘੋੜਿਆਂ ਵਾਲੇ ਸ਼ੌਂਕ ਦੀ ਹਾਂਜੀ ਹਾਂਜੀ ਤਾਂ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਕਿੰਨਾ ਟਾਈਮ ਹੋ ਗਿਆ ਕੋੜਾਂ ਵਾਲੇ ਮੋੜ ਰੱਖੇ ਗਏ ਨੂੰ ਕਰੇ ਬਾਈ ਮੋੜ ਤਾਂ ਇਹਦਾ ਬਾਈ ਪਤਾ ਕੀ ਹੈ ਜੀ ਪਹਿਲਾਂ ਤੋਂ ਹੀ ਬਾਈ ਖਾਨਦਾਨੀ ਰੱਖਿਆ ਹੋਇਆ ਮੰਨ ਲਓ ਉਦੋਂ ਕੋਈ ਵਿਵਾਰ ਨਹੀਂ ਬਾਈ ਸੀਗਾ ਸਿਸਟਮ ਆ ਆਡੇ ਪਰਦਾਦਾ ਜੀ ਦਾ ਦਾਦਾ ਜੀ ਦਾ ਬਾਪੂ ਰਿਆਂ ਦੇ ਬਈ ਸਾਰਿਆਂ ਦੇ ਰੱਖਿਆ ਘੋੜੇ ਪੁਰਾਣੇ ਉਹ ਕੋਈ ਇਹ ਮਤਲਬ ਬਾਹਰ ਲੈਣ ਚ ਨਹੀਂ ਸੀ ਵੀ ਚਰਨ ਆਸਤੇ ਖੇਤਾਂ ਜਾਣਾ ਆਸਤੇ ਜਾਂ ਸ਼ਹਿਰ ਜਾਣਾ ਆਸਤੇ ਇਹ ਉਹਨਾਂ ਦੇ ਬਈ ਵਰਤੇ ਸੀ ਉਹ ਨਿਸ਼ਾਨੀਆਂ ਬਈ ਅੱਜ ਵੀ ਸਾਡੇ ਅਜੇ ਘਰੇ ਪਈਆਂ ਪੁਰਾਣੇ ਘੋੜਿਆਂ ਵਾਲੀਆਂ ਕਾਠੀਆਂ ਲਗਾਮ ਸਾਰਾ ਗੁੱਸਾ ਵੀ ਬੈਠਿਆ ਪੁਰਾਣਾ ਸਮਾਨ ਬਈ ਸਾਰਾ ਘਰੇ ਹਾਂ ਪਿਆ ਬਈ ਉਹ ਕਰੇ ਠੀਕ ਆ ਬਈ ਉਹਨਾਂ ਚੀਜ਼ਾਂ ਤੋਂ ਵੇਖ ਕੇ ਬਈ ਅੱਜ ਕੋੜੇ ਰੱਖੀ ਬੈਠਿਆ ਬੇਰਦਵਾ ਉਹ ਦਾਦੇ ਪੁਰਦਾਦਿਆਂ ਦੀਆਂ ਬਈ ਨਿਸ਼ਾਨੀਆਂ ਦੇਖ ਕੇ ਮਤਲਬ ਸ਼ੌਂਕ ਇਹ ਦਿਲ 'ਚ ਵਹਿ ਗਿਆ ਵੀ ਯਾਰ ਆਪਾਂ ਵੀ ਅੱਗੇ ਸੰਭਾਲਣੀ ਆ ਕੋਈ ਮੈਨੂੰ ਪਤਾ ਕੀ ਹੈ ਉਹੋ ਹੀ ਆਣਾ ਜਿਹੜੀ ਬਲੱਡ ਲਾਈਨ 'ਚ ਹੁੰਦੀ ਹੈ ਜੀ ਉਹ ਹੌਲੀ ਹੌਲੀ ਉਹ ਜਾਂਦੀ ਨਹੀਂ ਆਪਣੀ ਆਪਾਂ ਕੋੜੇ ਕਿੱਥੇ ਲੈਣੇ ਆ ਜੀ ਬਲੱਡ ਲਾਈਨ ਦੇ ਵੇਖ ਕੇ ਲੈਣੇ ਆ ਇਹ ਬੰਦੇ ਦਾ ਬਈ ਪਹਿਲਾਂ ਤੋਂ ਹੀ ਇਹ ਬਲੱਡ ਲਾਈਨ ਚੱਲਦੀ ਹੈ ਜਿਹੜੀ ਬਲੱਡ ਲਾਈਨ 'ਚ ਉਹ ਚੀਜ਼ ਵੱਖਰੀ ਹੁੰਦੀ ਹੈ ਤੇ ਉਹਨੇ ਕੁਝ ਨਾ ਕੁਝ ਕਰਨਾ ਹੀ ਕਰਨਾ ਕਰ ਨਹੀਂ ਕਰਨਾ ਬਈ ਹਨਾ ਪੀੜ੍ਹੀਆਂ 'ਚ ਆ ਜਾਂਦਾ ਸ਼ੌਂਕ ਹਾਂ ਉਹ ਆ ਜਾਂਦਾ ਬਈ ਆ ਜਾਂਦਾ ਤੇ ਬਾਈ ਆਪਣੇ ਕੋਲੇ 파ਰਸ ਆ ਹਾਂਜੀ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਬਹੁਤ ਬਹੁਤ ਵਧਾਈਆਂ ਬਾਈ ਬਹੁਤ ਚੰਗਾ ਤੇ ਬਹੁਤ ਹੀ ਸੁਨੱਖਾ ਜਨਮ ਹੋਇਆ ਹਾਂ ਹਾਂਜੀ ਬਾਈ ਸਾਰੇ ਭਰਾਵਾਂ ਦਾ ਇਹ ਬਾਈ 파ਰਸ ਮੇਰਾ ਇਕੱਲੇ ਦਾ ਨਹੀਂ ਹਾਂਜੀ ਬਾਈ ਤੇ ਵੱਡੇ ਭਾਈ 파ਰਸ ਦਾ ਜਿਵੇਂ ਮੈਂ ਦੱਸ ਹੀ ਦਿੱਤਾ ਆਪਣੇ ਭਰਾਵਾਂ ਨੂੰ ਵੀ ਮਹਾਰਾਣਾ ਡੋੜ ਦਾ ਬਿਲਕੁਲ ਡਾਇਰੈਕਟ ਬੱਚਾ ਬਾਈ ਇਹ ਹਾਂ ਮਹਾਰਾਣੇ ਦਾ ਬਾਈ ਬੱਚਾ ਹੈ ਡੋੜ ਦਾ ਹਾਂਜੀ ਬਾਈ ਠੀਕ ਆ ਜੀ ਦਿਲਸ਼ੇਰ ਕਾਕੀ ਦਾ ਬਾਈ ਇਹ ਪੋਤਾ ਠੀਕ ਆ ਬਾਈ ਠੀਕ ਆ ਤੇ ਅਰਜਨ ਦਾ ਮੰਟੂ ਵਾਲੇ ਦਾ ਬਾਈ ਪੜੋਤਾ ਇਹ ਅਰਜਨ ਮੰਟੂ ਵਾਲੇ ਦਾ ਪੜੋਤਾ ਪੜੋਤਾ ਬਾਈ ਤੇ ਮਾਂ ਦਾ ਬਾਈ ਮਾਂ ਬਾਈ ਨੌਕਰੀ ਘੋੜੀ ਦਾ ਬਾਈ ਬਹੁਤ ਵੱਡੀ ਤੇ ਖੁੱਲੀ ਬਾਡੀ ਦੀ ਘੋੜੀ ਹੈ ਬਾਈ ਉਹ ਤੇ ਸਾਲੀ ਵਾਲੇ ਵਾਲੇ ਦੀ ਸੀਗੀ ਬਾਈ ਸਾਲੀ ਵਾਲੇ ਵਾਲੇ ਦਾ ਇਹ ਬਾਈ ਇਹਦਾ ਨਾਨਾ ਸੀ ਉਹ ਸਾਲੀ ਵਾਲੇ ਵਾਲੇ ਦਾ ਇਹਦਾ ਨਾਨਾ ਸੀ ਸਾਲੀ ਸਾਲੀ ਵਾਲੇ ਵਾਲਾ ਘੋੜਾ ਇਹਦਾ ਡਾਇਰੈਕਟ ਨਾਨਾ ਸੀ ਡਾਇਰੈਕਟ ਨਾਨਾ ਸੀ ਮਤਲਬ ਬਾਈ ਜੇ ਦੇਖਗੇ ਆਪਾਂ ਹਾਂਜੀ ਤਾਂ ਕੁੱਲ ਮਿਲਾ ਕੇ ਇਹਦੇ ਚ ਤਿੰਨ ਚਾਰ ਲੈਣਾ ਜਮਾ ਐ ਪੀਸੀ ਦੇ ਨਗਾਰੇ ਵਾਲੀਆਂ ਹਾਂ ਬਹੁਤ ਬਈ ਮਾਲੇ ਪਾਸਿਓਂ ਗਾਂ ਨਾਨੇ ਵਾਲੇ ਪਾਸਿਓਂ ਪਿਓ ਦੀਆਂ ਕਈ ਪੀੜੀਆਂ ਮਗਰ ਤੱਕ ਆਪਾਂ ਜਾਗੇ ਤਾਂ ਮਹਾਰਾਜ ਨੇ ਬੜੀਆਂ ਸਟਰੋਂਗ ਬਈ ਇਹਨੂੰ ਦਿੱਤੀਆਂ ਤਾਂ ਹੀ ਬਈ ਅੱਜ ਦੋ ਦੋ ਲੈਣਾ ਦਾ ਸਮੇਲ ਹੋ ਕੇ ਇਹੋ ਜਿਹਾ ਘੋੜਾ ਨਿਕਲ ਕੇ ਬਈ ਆਪਣੇ ਘਰੇ ਮਹਾਰਾਜ ਨੇ ਇੱਕ ਬਖਸ਼ ਬਖਸ਼ੀ ਆਪਾਂ ਆਪਾਂ ਉਹਦੀ ਸੇਵਾ ਕਰਦੇ ਹਾਂ ਬਹੁਤ ਹੀ ਸੋਹਣਾ ਬਾਈ ਚਲੋ ਮੈਂ ਤਾਂ ਮੇਰਾ ਘੋੜਾ ਬਾਈ ਮੈਂ ਤਾਂ ਆਖੂ ਵੀ ਸੋਹਣਾ ਪਰ ਘੋੜਾ ਬਾਈ ਤਾਂ ਹੀ ਸੋਹਣਾ ਜੇ ਸਾਰੇ ਸਾਰੇ ਭਰਾ ਉਹਨੂੰ ਆਖਣ ਵੀ ਘੋੜਾ ਸੋਹਣਾ ਉਹ ਬਈ ਬੰਦੇ ਜਿਵੇਂ ਉਹ ਕਹਿੰਦੇ ਹੁੰਦੇ ਵੀ ਸਵਾਦ ਤਾਂ ਬਾਈ ਉਦੋਂ ਆਉਂਦਾ ਜਦੋਂ ਬਗਾਨ ਆ ਕੇ ਕਹਿੰਦੇ ਹਾਂ ਇੱਕ ਚੀਜ਼ ਹੈਗੀ ਆ ਬਾਈ ਕਰਮਾ ਵਾਲਾ ਇੱਥੇ ਬਾਈ ਮੇਲੇ ਲਾਈ ਰੱਖਦਾ ਬੰਦੇ ਨੰਗ ਦੇ ਟਾਪ ਦੇ ਰੋਡ ਤੋਂ ਬਾਈ ਘੋੜਾ ਵੇਖਣ ਆਉਂਦੇ ਆ ਮੀਟਿੰਗਾਂ ਵਾਲੇ ਆਉਂਦੇ ਆ ਬਾਈ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਬਾਈ ਆਪਾਂ ਇਹ ਘੋੜੇ ਦਾ ਦੇਣ ਹੀ ਨਹੀਂ ਦੇ ਸਕਦੇ ਮੇਰਾ ਇੰਨਾ ਕਿਨੇ ਬਾਈ ਨਾਂ ਬਣਾਤਾ ਠੀਕ ਆ ਜਿਹੜੇ ਬੰਦਿਆਂ ਨੂੰ ਮੰਨ ਲਓ ਆਪਾਂ ਬਈ ਨਹੀਂ ਜਾਣਦੇ ਸੀ ਉਹ ਇੱਕ ਘੋੜੇ ਕਾਰਨ ਬਈ ਅੱਜ ਮੇਰੇ ਨਾਲ ਮੇਰੇ ਦੋਸਤ ਬਣਾ ਤੇ ਨੇ ਦੋਸਤ ਬਣਾ ਤੇ ਇੱਕ ਬਈ ਜਿਵੇਂ ਹੁਣ ਇਹ ਆਪਣੇ ਚ ਚਲੋ ਖਾਸੀਅਤ ਹੁੰਦੀ ਆ ਹਨਾ ਘੋੜਿਆਂ ਵਾਲੇ ਭਰਾਵਾਂ ਚ ਵੀ ਉਹ ਇੱਕ ਮਿੱਤਰਦਾਨ ਇੱਕ ਬਹੁਤ ਵੱਡਾ ਮਤਲਬ ਰਿਸ਼ਤਾ ਮੰਨ ਕੇ ਚੱਲ ਬਾਈ ਉਹੀ ਮੰਨ ਲਓ ਆਪਾਂ ਬਾਈ ਆ ਜਾਂਦੇ ਆ ਆਪਾਂ ਨੂੰ ਬੰਦੇ ਦਾ ਵੇਖ ਕੇ ਬਾਈ ਚਾ ਚੜ ਜਾਂਦਾ ਜਾਂਦਾ ਚਾ ਚੜ ਜਾਂਦਾ ਬਾਈ ਇੱਕ ਬੰਦੇ ਹੁੰਦੇ ਬਾਈ ਆ ਕੇ ਤੇ ਉਹਦੇ ਮੱਥੇ ਵੱਟ ਪਾ ਲੈਣਾ ਯਾਰ ਵੀ ਕਿਵੇਂ ਆਇਆ ਕਿਵੇਂ ਆਇਆ ਆਪਾਂ ਨੂੰ ਬਾਈ ਚਾ ਚੜ ਜਾਂਦਾ ਆਪਾਂ ਬਾਈ ਖੇਤ ਵੀ ਫਿਰਦੇ ਆ ਉਹਦਾ ਕੰਮ ਛੱਡ ਕੇ ਭੱਜ ਗਏ ਨਾ ਕੋਈ ਭਰਾ ਮਿਲਣਾ ਹਾਂਜੀ ਬਾਈ ਤੇ ਬਾਈ ਇਹਦੀ ਆਪਣੇ ਪਾਰਸ ਦੀ ਉਮਰ ਕਿੰਨੀ ਹੋ ਗਈ ਉਮਰ ਬਾਈ ਇਹ ਤਿੰਨ ਥਾਲ ਤੇ 10-12 ਦਿਨਾਂ ਦਾ ਹੋ ਗਿਆ ਬਾਈ ਇਹ ਠੀਕ ਹੈ ਬਾਈ ਬੱਚਾ ਹੀ ਆ ਹਜੇ ਮੈਂ ਦਾ ਬੱਚਾ ਹੀ ਆ 36 ਮਹੀਨਾ ਦਾ ਸਭਾ 36 ਮਹੀਨੇ ਤੇ ਬਸ 1 ਇਹ ਘੂੜੀਆਂ ਕਿੰਨੀ ਕਮਿਟ ਕਰਦੀ ਬਾਈ ਇਹ ਤਾਂ 107 ਤੇ 8 ਹੋ ਗਈਆਂ ਅੱਜ ਘੂੜੀਆਂ 107 8 ਦੀ ਐਵਰੇਜ ਪਾ ਦੀ ਪਾ ਦੀ ਬਾਈ ਘੋੜੀ ਤਾਂ ਬਾਈ ਹੋਰ ਵੀ ਬਹੁਤ ਮੇਟ ਹੋ ਜਾਣੀ ਸੀ ਪਰ ਵੈਸੇ ਮੈਨੂੰ 6-7 ਮਹੀਨੇ ਜਾਵਾਂ ਹੀ ਮੰਨ ਲਓ ਬੰਦ ਹੀ ਹੋ ਗਿਆ ਕਰਨਾ ਪਿਆ ਸੀ ਬਿਮਾਰ ਹੋ ਗਿਆ ਸੀ ਇਹ ਵੀ ਚਾਰ-ਪੰਜ ਮਹੀਨਿਆਂ ਚ ਬਾਈ ਇੰਨੀ ਕੀ ਕੀਤੀ ਐ ਮੈਂ ਹਮ ਅੱਛਾ ਬਾਈ ਚਾਰ-ਪੰਜ ਮਹੀਨਿਆਂ ਚ ਚਾਰ-ਪੰਜ ਮਹੀਨਿਆਂ ਚ ਬਾਈ ਮੰਨ ਲਓ ਚਲੋ ਹੁਣ ਤਾਂ ਬਾਈ ਸੀਜ਼ਨ ਆ ਬਿਨਾ ਸੀਜ਼ਨ ਤੋਂ ਵੀ ਬਾਈ ਜਿਹੜੇ ਨੂੰ ਮੰਨ ਲਓ ਬਾਈ 파ਰਕਾ ਚੰਗਾ ਘੋੜਾ ਦੇਖਣਾ ਗਾਂ ਚੰਗੀ ਬਰੀਡਿੰਗਾਂ ਬੱਚੇ ਲੈਣੇ ਆ ਬਾਈ ਉਹ ਬੰਦੇ ਬਾਈ ਮੰਨ ਲਓ ਆਪਣੇ ਬਿਨਾ ਸੀਜ਼ਨ ਤੋਂ ਵੀ ਮੰਨ ਲਓ ਘੋੜੀਆਂ ਮੇਟ ਹੋ ਜਾਂਦੀਆਂ ਬਿਨਾ ਸੀਜ਼ਨ ਤੋਂ ਵੀ ਮਤਲਬ ਜਿਵੇਂ ਉਹ ਸੈਲਾਂ ਚ ਆਪਾਂ ਕਹਿੰਦੇ ਨੇ ਜਨਵਰੀ ਫਰਵਰੀ ਚ ਬਾਈ ਘੂੜੀ ਨਹੀਂ ਪੈਂਦੀ ਹਣਾ ਬਹੁਤ ਲੋਕ ਘਟ ਜਿਹੜੇ ਕਰ ਘੂੜੀਆਂ ਮੇਟ ਕਰਾਉਂਦੇ ਜਨਵਰੀ ਫਰਵਰੀ ਹਾਂ ਹਮੇ ਬਾਈ ਆਪਣੇ ਕੋਲੇ ਬਾਈ ਕਰਮਾ ਵਾਲਾ ਹਰ ਰੋਜ਼ ਵਾਂਗੂ ਬਾਈ ਮੀਟਿੰਗ ਕਰਦਾ ਹੀ ਕਰਦਾ ਹੈ ਹਰ ਰੋਜ਼ ਦੀ ਘੂੜੀ ਹਾਂ ਹਰ ਰੋਜ਼ ਦੀ ਘੂੜੀ ਪੈਂਦੀ ਹੈ ਤੇ ਵੱਡੇ ਭਾਈ ਜੇ ਆ ਫੱਟੀ ਵਾਲੀ ਹਾਈਟ ਦੇਖੀ ਇਹਦਾ ਕਿੰਨੀ ਹੋਗੀ ਬਾਈ ਇਸ ਟਾਈਮ ਇਹਦੀ 60 ਇੰਚ ਹਾਈਟ ਹੋਗੀ ਵੀਰੇ ਠੀਕ ਆ ਬਾਈ ਹਾਂ ਤੇ ਪੂਰੀ ਸਕੇਲ ਵਾਲੀ ਪੂਰੀ ਸਕੇਲ ਵਾਲੀ 60 ਇੰਚ ਹਾਈਟ ਹੋਗੀ ਦੋਸਤੋ ਦੂਜੀ ਗੱਲ ਬਾਈ ਰਿਜ਼ਲਟ ਦੇਖਨੀ ਆ ਬਈ ਇੱਕ ਰਿਜ਼ਲਟ ਆਇਆ ਬਸ਼ੇਰੀਏ ਦੀ ਤੁਸੀਂ ਉਹ ਫੋਟੋ ਤੁਹਾਨੂੰ ਮੈਂ ਦੇ ਦੂੰਗਾ ਤੁਸੀਂ ਪਾ ਲਿਓ ਠੀਕ ਹੈ ਜੀ ਘੋੜੀਆਂ ਬਾਈ ਚਾਰ ਪੰਜ ਜਮਾਂ ਦਿਨਾਂ ਦੇ ਖੜੀਆਂ ਇਹ ਨਹੀਂ ਸਕਦਾ ਵੀ ਅੱਜ ਰਾਤ ਨੂੰ ਸੂਪਣ ਪੰਜ ਦਿਨ ਵੀ ਲੈ ਸਕਦੀਆਂ ਹਾਤਾ ਵੀ ਲੈ ਸਕਦੀਆਂ ਉਸ ਤੋਂ ਬਾਅਦ ਜਿਹੜੀਆਂ ਜਿਹੜਾ ਹੁਣ ਸੂਣ ਵਾਲੀਆਂ ਖੜੀਆਂ ਉਸ ਤੋਂ ਬਾਅਦ ਬਈ ਇਹਦੇ ਲਗਾਤਾਰ ਰਿਜ਼ਲਟ ਆਈ ਜਾਣੇ ਉਸ ਤੋਂ ਬਾਅਦ ਤਾਂ ਬਈ ਲੈਣ ਲਾ ਤੂੰ ਹਾਂ ਲੈਣ ਬਾਈ ਤੇ ਜਿਹੜੀ ਬਾਈ ਜਿਵੇਂ ਹੁਣ ਇੱਥੇ ਉਹ ਲੱਗੀ ਪਈ ਉਹ ਤੇ ਫਸਟ ਰਿਜ਼ਲਟ ਹਾਂਜੀ ਹਾਂਜੀ ਬੱਚਾ ਸਪੌਟਲੈਸ ਆ ਬਈ ਦੂਜੀ ਗੱਲ ਫੋਟੋ ਜੀ ਦੇਖਦਾ ਕੰਨ ਜਮਾ ਛੋਟਾ ਜਾ ਤੇ ਐਂ ਜਮ ਨਾਲ ਜੋੜ ਕੇ ਮਾਰਵੜੀ ਕੰਨ ਆਇਆ ਬਈ ਆਪਣੇ ਜਿਹੜਾ ਹੁਣ 파ਰਥ ਦਾ ਬਈ ਰਿਜ਼ਲਟ ਆਇਆ ਹਮ ਆਪਦੇ ਨਾਲੋਂ ਵੀ ਬਈ ਅੱਗੇ ਜਾ ਕੇ ਸੁਆ ਇਹ ਅੱਛਾ ਬਈ ਆਪਦੇ ਕੰਨ ਨਾਲੋਂ ਬਈ ਛੋਟਾ ਕੰਨ ਲਾਇਆ ਹਮ ਉਹੀ ਬਈ ਉਹਦੇ ਬੱਚੀ ਦੇ ਹੁਣ ਮੰਨ ਲਓ ਗਰਦਨ ਲੱਗੀ ਆ ਹਮ ਬੇਲ ਬਹੁਤ ਆ ਬਈ ਮਜ਼ਬੂਤੀ ਬਹੁਤ ਆ ਉਹਦੀ ਹਮ ਠੀਕ ਹੈ ਜੀ ਬਿਲਕੁਲ ਨੈਚਰਲ ਬਈ ਸਪੌਟਲੈਸ ਆ ਇਹ ਵੇਖਣ ਤੇ ਬਈ ਐਂ ਲੱਗੂ ਜਿਵੇਂ ਮੰਨ ਲਓ ਆਪਾਂ ਸਾਣ ਬੱਚਾ ਪਾਲਣਾ ਨਾ ਵੇਖ ਕੇ ਉਹੀ ਜਿਵੇਂ ਘੋੜੇ ਦੀ ਧੌਣ ਸਿੱਧੀ ਨਿਕਲੀ ਆ ਬੱਚੀ ਦੀ ਵੀ ਬਾਈ ਐ ਹੀ ਨਿਕਲੀ ਵੀ ਹੈ ਬਿਲਕੁਲ ਬੱਚੀ ਦੀ ਠੀਕ ਹੈ ਭਾਈ ਉਹ 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 ਭਿੰਦਰਾ ਮੈਂ ਵੀ ਇਹਦੇ ਚ ਖਾਸੀਅਤ ਦੇਖੀ ਬਾਈ ਹਨਾ ਵੀ ਸੁੰਬਾਂ ਦੀ ਸਿਹਤ ਨੂੰ ਧੌਣ ਵੀ ਆਏ ਜਮਾ ਬਾਈ ਬਿਲਕੁਲ ਆਏ ਮੰਨ ਲਓ ਸਿੱਧੀ ਨਿਕਲਦੀ ਹੈ ਧੌਣ ਬਾਈ ਘੋੜੇ ਦੀ ਇਹਦੀ ਲੈਣ ਹੀ ਬਾਈ ਵੱਖਰੀ ਹੈ ਇਹ ਲੈਣ ਹੀ ਵੱਖਰੀ ਹੈ ਬਾਈ ਠੀਕ ਹੈ ਇਹ ਚੀਜ਼ ਜਿਹੜੀ ਬਾਈ ਐ ਨਿਕਲਦੀ ਆ ਉਹ ਤੁਸੀਂ ਮੈਨੂੰ ਆਖਾਂ ਦੀ ਲੋੜ ਵੀ ਨਹੀਂ ਬਾਈ ਤੁਸੀਂ ਵੀਡੀਓ ਚ ਸਾਰੇ ਭਰਾ ਵੇਖੀ ਜਾਂਦੇ ਆ ਠੀਕ ਹੈ ਇਹ ਨਹੀਂ ਬਈ ਬਾਈ ਲੰਮੀ ਧੌਣ ਨਾ ਭਾਈ ਜਦੋਂ ਨੈਚਰਲ ਵੀ ਖੜਾ ਨਾ ਅੰਦਰ ਵੀ ਖੜਾ ਬਾਹਰ ਵੀ ਤੁਰਨਾ ਇਹਨੇ ਕੋਡੇ ਨੇ ਤਾਂ ਕੁੰਡ ਆਈ ਰੱਖਦਾ ਭਾਈ ਮੈਂ ਪਹਿਲਾਂ ਕਹੀ ਜਾਂਦਾ ਸੀ ਮਾਹਾਂ ਕਵਰੇਜ ਥੱਪ ਮੰਗੂ ਆਏ ਪਿੱਛੇ ਨੂੰ ਦਾ ਭਣਾ ਲੈ ਜਾ ਸ਼ਾਹੀਲੀ ਤੇ ਆਏ ਨਹੀਂ ਵੀ ਥੱਲੇ ਨਹੀਂ ਕਰਦਾ ਭਾਈ ਉੱਤੇ ਹੁਣ ਭਾਈ ਇਹਨੂੰ ਮਾਤਰਾਉਣਾ ਮੁੰਡੇ ਆਉਂਦੇ ਆ ਮੇਰੇ ਕੋਲੇ ਤੋਰਨ ਵਾਸਤੇ ਅੱਛਾ ਚੱਲ ਹਲੇ ਹੁਣੀ ਗੱਡਣਾ ਹਾਂ ਹੁਣ ਭਾਈ ਹਾਂ ਫੇਰ ਅਜੇ ਬੱਚਾ ਕਰਕੇ ਹੋੜਾ ਇੱਕ ਮੌਸਮ ਭਾਈ ਸਹੀ ਆਣਾ ਹਮ ਹਜੇ ਤੱਕ ਭਾਈ ਇਹਨੇ ਨਿਖਰ ਕੇ ਕੋੜਾ ਅੱਗੇ ਬਣ ਕੇ ਆਉਣਾ ਹਮ ਬਾਕੀ ਭਿੰਦਰ ਭਾਈ ਜਿਵੇਂ ਹੁਣ ਇਹਦੇ ਚ ਕਰੰਟ ਵੀ ਆਪਾਂ ਕਹਿ ਸਕਦੇ ਹਾਂ ਹੈਗਾ ਤੇਸੀਲ ਸੌ ਵੀ ਬ ਬਈ ਦੋਨੇ ਚੀਜ਼ਾਂ ਜਿਹੜੇ ਜਿੱਥੇ ਕਰੰਟ ਚਾਹੀਦਾ ਉੱਥੇ ਕਰੰਟ ਆ ਬਾਈ ਬਹੁਤ ਘੜਦਾ ਜਿੱਥੇ ਆਪਾਂ ਮੰਨ ਲਓ ਵੀ ਜਿੱਥੇ ਇਹਨੂੰ ਨਹੀਂ ਚਾਹੀਦਾ ਉੱਥੇ ਉਵੇਂ ਬਾਈ ਆਖੇ ਵੀ ਲੱਗਦਾ ਬਾਈ ਨਾ ਲੱਤ ਮਾਰੀ ਹੈ ਕਦੇ ਠੀਕ ਆ ਨਾ ਕਦੇ ਵੜਦਾ ਠੀਕ ਆ ਜਦੋਂ ਬਾਹਰ ਲਿਆਂਦਾ ਬਾਈ ਲਗਾਮ ਪਾ ਲਿਆ ਉਹ ਤੋਂ ਮੰਨ ਲਓ ਇਹਨੇ ਆਪਦਾ ਸਿਸਟਮ ਹੀ ਹੋਰ ਬਖਾਉਣਾ ਬਾਈ ਹਾਂਜੀ ਉਦੋਂ ਤੜਚ ਆ ਜਾਂਦਾ ਹਾਂ ਪੂਰੀ ਤੜਚ ਬਾਈ ਓਣ ਮੰਨ ਲਓ ਕਮਰੇ ਚ ਫਿਰਦਾ ਬਾਈ ਖੁੱਲਾ ਕੋਈ ਚੱਕਰ ਹੀ ਨਹੀਂ ਗਿਆ ਆਪਾਂ ਵੱਧਾ ਨਹੀਂ ਬਾਈ ਕੋੜਾ ਕਦੇ ਵੀ 24 ਘੰਟੇ ਖੁੱਲਾ ਹੁੰਦਾ ਕੋੜਾ ਹਾਂਜੀ ਬਾਈ ਬੋਈ ਇਹ ਨਹੀਂ ਇੰਨੇ ਵੀ ਜਾਨਵਰ ਆ ਬਾਈ ਮੈਂ ਰੱਥਾ ਨਹੀਂ ਬਉਂਦਾ ਕਰੀ ਕਮਰੇ ਬਣਿਆ ਸਾਰਿਆਂ ਦੇ ਬਾਈ ਅੱਡੋ ਅੱਡੀ ਛੱਡਨੇ ਆ ਮੈਨੂੰ ਐ ਆਉਂਦਾ ਬਾਈ ਯਾਦ ਰਵੇ ਬੰਨ ਕੇ ਨਹੀਂ ਰੱਖਣਾ ਜਾਨਵਰ ਕੋਈ ਤੇ ਬੁੱਲਰ ਬਾਈ ਕਹਿੰਦਾ ਸ਼ੋ ਸ਼ੂਤ ਵੀ ਦਿਖਾਇਆ ਇਹਨੂੰ ਬਈ ਹਾਂ ਸ਼ੋ ਬਾਈ ਇਹ ਜਿਹਦਾ ਆਪਾਂ ਦੁੱਧਾਂ ਦਾ ਬੱਚਾ ਆਪਾਂ ਪਾਉਣ ਲੱਗੇ ਆ ਹਾਂਜੀ ਬਾਈ ਬਾਈ ਜਿੱਤ ਕੇ ਆਉਂਦਾ ਰਿਹਾ ਫੁੱਲ ਬਣਾ ਕੇ ਆਇਆ ਅੱਜ ਤੱਕ ਠੀਕ ਆ ਬਾਈ ਇਹ ਨਹੀਂ ਵੀ ਫੁੱਲ ਕਿਤੇ ਨਹੀਂ ਬਣਾ ਕੇ ਆਇਆ ਬਾਈ ਠੀਕ ਆ ਨਾ ਬਾਹਰ ਨਹੀਂ ਬਾਈ ਪਹਿਲਾਂ ਹੀ ਲੈ ਕੇ ਆਉਂਦਾ ਰਿਹਾ ਦੋ ਦੰਦ ਜੀ ਵੀ ਪਹਿਲਾ ਨੰਬਰ ਆ ਬਾਈ ਮਿਲਕ ਟੀਟ ਦੇ ਵਿੱਚ ਵੀ ਠੀਕ ਆ ਬਾਈ ਇਹਦੇ ਨਾਲ ਮੈਂ ਛੇ ਦੇ ਛੇ ਜਿੱਤੇ ਕਿਉਂਦਾ ਰਿਆ ਛੇ ਦੇ ਛੇ ਹੀ ਮੰਨ ਕੇ ਫਸਟ ਪੋਜੀਸ਼ਨ ਤੇ ਹਾਂ ਹੁਣ ਅਗਲੇ ਸਾਲ ਨੂੰ ਬਾਈ ਮਹਾਰਾਜ ਰੱਖੇ ਸੁੱਖ ਅਗਲੇ ਸਾਲ ਨੂੰ ਹੁਣ ਤਾਰੂਗਾ ਇਹਨੂੰ ਏਡੀ ਥੋੜਾ ਜਿਆ ਮਨ ਕੇ ਚੱਲੋ ਬਾਈ ਉਹਦਾ ਕਰਕੇ ਇਸ ਇਨਰਨੈਟ ਵਾਲਾ ਹਾਂ ਹਾਂ ਥੋੜਾ ਜਿਆ ਬਾਈ ਇਹਨੂੰ ਬਾੜੀ ਤੰਗੀ ਨਹੀਂ ਆਪਾਂ ਦਿੱਤੀ ਉਦੋਂ ਢਿਲਾਉਣ ਕਰਕੇ ਠੀਕ ਹੈ ਜੀ ਚਲੋ ਮਹਾਰਾਜ ਰੱਖੇ ਸੁੱਖ ਬਾਈ ਤੇ ਫੌਰਲੀ ਆਪਣਾ ਮਹਾਰਾਜ ਤੇ ਇਹਦੇ ਤੇ ਬੜਾ ਹੀ ਵੱਡਾ ਵਿਸ਼ਵਾਸ ਆ ਤੇ ਫੌਰਲੀ ਬਣਾ ਕੇ ਆਊਗਾ ਬਾਈ ਜਦੋਂ ਜਾਊਗਾ ਇਹ ਉਹ ਜਿਵੇਂ ਆਪਾਂ ਬਾਈ ਗੱਲਾਂ ਕਰਦੇ ਸੀ ਵੀ ਘੋੜਾ ਵਿਸ਼ਵਾਸ ਤੇ ਸਬਰ ਸਰ ਨੂੰ ਪਤਾ ਹਾਂ ਸਬਰ ਬਾਈ ਬਹੁਤ ਟਾਈਮ ਲੈ ਜਾਂ ਤੇ ਬੰਦੇ ਬਾਈ ਫੀਸ ਕਿੰਨੀ ਆ ਫੀਸ ਤੇ ਆ ਕੇ ਗੱਲ ਕਰ ਜਾਂਦੀ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਹਨਾ ਢਿੰਡਾ ਫੀਸ ਤੇ ਆ ਕੇ ਗੱਲ ਜਾਂਦਾ ਫੀਸ ਕਿੰਨੀ ਰੱਖਦੀ ਬਾਈ ਬਾਈ ਇਹਦੀ ਫੀਸ ਜਿਵੇਂ ਬਿਲਕੁਲ ਹੀ ਆਪਾਂ ਨਾਰਮਲ ਰੱਖੀ ਹੈ ਉਹ ਵੀ ਬੜੀ ਸੋਚ ਸਮਝ ਕੇ ਰੱਖੀ ਹੈ ਬਾਈ ਕਰਨ ਨੂੰ ਤਾਂ ਬਾਈ ਆਪਾਂ ਇਹਦੀ 31 ਵੀ ਕਰ ਦਈਏ 41 ਵੀ ਕਰ ਦਈਏ 51 ਕਰ ਦਈਏ ਜਿੰਨੇ ਮਨਚੀ ਰੱਖ ਲਗੇ ਤਾਂ ਵੀ ਉੱਥੇ ਚੱਲੂਗਾ ਮੈਨੂੰ ਪਤਾ ਠੀਕ ਹੈ ਲੋਕਾਂ ਨੇ ਹਾਂ ਕੁਆਲਿਟੀ ਲੈਣੀ ਹੈ ਬਾਈ ਉਹ ਚੀਜ਼ ਆਪਣੇ ਕੋਲੇ ਮੱਲੋ ਇਹਨੇ ਪਰਮਾਤਮਾ ਨੇ ਇਹ ਚ ਦਿੱਤੀ ਹੈ ਪਰ ਨਹੀਂ ਮੈਂ ਉਹ ਚੀਜ਼ ਨੂੰ ਧਿਆਨ ਚ ਰੱਖ ਕੇ ਬਾਈ ਚੱਲੇ ਆ ਫਿਰ ਇੱਕ ਬੰਦੇ ਦੇ ਮਨ ਚ ਹੁੰਦਾ ਬ ਦੀ ਅੱਜ ਬੰਦੇ ਨੇ ਬਾਈ ਮੰਨ ਲਓ ਪੈਸੇ ਲਾਉਣੇ ਚੰਗੀਆਂ ਘੋੜੀਆਂ ਲੈਣੀਆਂ ਬੱਚਾ ਲੈਣਾ ਉਹ ਬੜੇ ਮਹਿੰਗੇ ਹੋਗੇ ਹਮ ਸਹੀ ਗੱਲ ਠੀਕ ਆ ਆਪਾਂ ਇਹਦੀ ਫੀਸ ਰੱਖੀ ਹੈ ਬਾਈ 16000 ਰੁਪਏ ਹਰ ਇੱਕ ਬੰਦੇ ਦੀ ਰੇਂਜ ਚ ਆਉਂਦੀ ਹੈ ਬਾਈ ਛੋਟੇ ਦੇ ਵੱਡੇ ਦੇ 16000 ਨਾਲ ਮੀਟ ਕਰਵਾਓ ਬਾਈ ਠੀਕ ਆ ਬਾਲੇ ਰੁਪਈਆ ਲਾਉਣ ਦੀ ਲੋੜ ਨਹੀਂ ਉਸ ਤੋਂ ਬਾਅਦ ਬਾਈ ਘਰੇ ਬੱਚਾ ਜੰਮੂਗਾ ਨੂੰ ਪਾ ਲੋ ਤਿਆਰ ਹੋ ਜਾਊਗਾ ਬਾਈ ਮਹਾਰਾਜ ਦੀ ਕਿਰਪਾ ਨਾਲ ਬਹਿ ਜਾ ਬਹਿ ਜਾ ਬਾਕੀ ਬਾਈ ਪਤਾ ਕੀ ਆ ਹੁਣ ਜਿਵੇਂ ਹੁਣ ਕਿਸੇ ਭਰਾ ਕੋਲੇ ਚੰਗਾ ਘੋੜਾ ਹਾਂਜੀ ਹਾਂਜੀ ਫੀਸ ਵੀ ਚੰਗੀ ਖਾਸੀ ਰੱਖ ਦਿੰਦੇ ਬਈ ਹਾਂ ਨਹੀਂ ਆਪਾਂ ਬਾਈ ਉਹ ਚੀਜ਼ ਨੂੰ ਬੜੇ ਧਿਆਨ ਨਾਲ ਰੱਖ ਕੇ ਪਹਿਲਾਂ ਰੱਖੀ ਤੇ ਉਹੀ ਬਾਈ ਮੈਂ ਤੁਹਾਡੇ ਧਿਆਨ ਦੀ ਗੱਲ ਹੀ ਕਰਦਾ ਵੀ ਤੁਸੀਂ ਕਿਹੜੀ ਸੋਚ ਸੋਚ ਕੇ ਜਿਹੜੀ ਇੰਨੀ ਜਾਇਜ਼ ਜੀ ਫੀਸ ਰੱਖੀ ਬਈ ਆਪਾਂ ਸਾਰੇ ਭਰਾਵਾਂ ਆਸਤੇ ਰੱਖੀ ਆ ਬਾਈ ਨਾਰਮਲ ਬੰਦਾ ਵੀ ਕੋੜੀ ਭਰਾਵੇ ਹਾਂ ਬਈ ਜਿਹੜੇ ਬਾਈ ਪੈਸੇ ਵਾਲੇ ਉਹਨਾਂ ਤਾਂ ਭਰਾ ਹੀ ਲੈਣੀਆਂ ਠੀਕ ਹੈ ਜਿਹੜੇ ਬੰਦਿਆਂ ਕੋਲੇ ਸ਼ੌਂਕ ਹੁੰਦੇ ਆ ਬਾਈ ਉਹ ਫੀਸਾਂ ਨੂੰ ਵੇਚ ਕੇ ਕਈ ਰਿਦਾ ਹੋ ਜਾਂਦੇ ਆ ਬੰਦੇਾਂ ਦੇ ਠੀਕ ਐ ਵੀ ਗੱਡੀ ਦਾ ਆਉਣ ਦਾ ਵੀ ਕਰਾਇਆ ਠੀਕ ਐ ਫਿਰ ਫੀਸ ਦਾ ਆ ਜਾਂਦਾ ਬਾਈ ਫਿਰ ਉਹ ਮੁਸ਼ਕਲ ਹੋ ਜਾਂਦੀ ਆ ਆਪਾਂ ਪਹਿਲਾਂ ਹੀ ਬਾਈ ਉਹਨਾਂ ਦਾ ਬੜਾ ਧਿਆਨ ਨਾ ਰੱਖਿਆ ਵੀ ਚਲੋ ਮੇਰੇ ਭਰਾ ਜਿਹੜੇ ਨੇ ਆਉਣਾ ਘੋੜੀ ਮੇਡ ਕਰਾਉਣ ਠੀਕ ਐ ਮੈਨੂੰ ਇਹਦਾ ਇਹ ਆ ਬਾਈ ਵੀ ਮੰਨ ਲਓ ਇਨੇ ਮੇਰਾ ਇਹਨਾ ਨਾਮ ਬਣਾਇਆ ਠੀਕ ਹੈ ਜੀ ਹਜੇ ਤਾਂ ਇਹਨੇ ਬਈ ਬਹੁਤ ਪਹਿਲਾ ਹਜੇ ਪੌੜੀ ਤੇ ਬਈ ਇਹਨੇ ਪੈਰ ਰੱਖਿਆ ਕਰੇ ਮਤਲਬ ਬਲੰਦੀਆਂ ਪਈਆਂ ਉੱਤੇ ਬਹੁਤ ਸਟੈਪ ਅੱਗੇ ਜਾ ਕੇ ਬਈ ਬੜਾ ਕੁਝ ਕਰਕੇ ਵਗਾਉਣਾ ਠੀਕ ਹੈ ਆਪਾਂ ਨੂੰ ਬਈ ਉਹਦੇ ਚ ਬੜੀ ਖੁਸ਼ੀ ਹੋਊਗੀ ਜਦੋਂ ਇਹਦਾ ਘਰ ਘਰ ਬੱਚਾ ਖੜਾ ਹੋਊਗਾ ਹਮਮ ਸਹੀ ਗੱਲ ਹੈ ਬਈ ਪਾਰਸ ਪਾਰਸ ਹੋ ਜੇ ਇੱਕ ਵਾਰੀ ਵੀ ਇਹਦਾ ਇਹਦਾ ਬਈ ਆਪਦਾ ਇੱਕ ਨਾਂ ਚੱਲ ਜੇ ਖੁੱਦ ਦਾ ਘੋੜੇ ਦਾ ਹਮ ਤੇ ਭਿੰਦੇ ਬਈ ਉਹ ਮੇਰੀ ਗੱਲ ਉਹ ਤਾਂ ਵਿਚਾਲੇ ਰਹੇਗੀ ਵੀ ਉਹ ਹੁਣ ਜਦੋਂ ਚੰਗੀ ਖਾਸੀ ਬਈ ਫੀਸ ਰੱਖ ਦਿੰਦੇ ਨੇ ਹਾਂਜੀ ਹਾਂਜੀ ਤਾਂ ਘੋੜੀ ਵੀ ਚੰਗੀ ਬਊਗੀ ਹਾਂ ਤੇ ਤੁਸੀਂ ਬਈ ਮਤਲਬ ਮੇਨਟੇਨ ਜੇ ਕਰਕੇ ਰੱਖੀ ਆ ਤੇ ਚਲੋ ਵਧੀਆ ਗੱਲ ਆ ਬਈ ਵਧੀਆ ਤੁਹਾਡਾ ਚੱਲੋ ਮਤਮਤ ਬਹੁਤ ਵਧੀਆ ਲੱਗਿਆ। ਬਾਈ ਪਤਾ ਕੀ ਆਪਾਂ ਰੱਖਿਆ ਬਾਈ 16000 ਰੁਪਏ ਫੀਸ ਰੱਖੀ ਆ। ਹਾਂਜੀ ਹਾਂਜੀ। ਦੇਣਾ ਬਾਈ ਮੰਨ ਲਓ ਫਲ ਆਉਣਾ ਮਹਾਰਾਜ ਨੇ। ਮਹਾਰਾਜ ਨੇ ਸਹੀ। ਇਹ ਨਹੀਂ ਵੀ ਕੋਈ ਛੋਟੀ ਕੋੜੀ ਆ ਗਈ। ਜਮਾ ਲਾਉਣੇ ਨਹੀਂ ਬਾਈ ਏਡੇ ਏਡੇ ਕੂੜਗੇ ਮੰਨ ਲਓ ਸਾਣ ਜੰਮੇ ਆ ਬਾਈ 55 55 55 ਇੰਚ ਜੰਗਣੇ ਬਹੁਤ ਵੱਡੇ ਵੱਡੇ ਬਾਈ ਸਾਣ ਜੰਮੇ ਹੋਏ ਆ। ਇਹ ਨਹੀਂ ਵੀ ਉਹ 70 ਇੰਚ ਦੀ ਕੋੜੀ ਹੋਗੀ 64 ਦੀ ਹੋਗੀ ਤਾਂ ਹੁਣੇ ਹੀ ਵੱਡਾ ਜੰਮਣਾ। ਹੁਣੀ ਵੱਡਾ ਜੰਮਣਾ। ਜਿਹੜੇ ਦੇ ਘਰੇ ਬਾਈ ਬੂਟਾ ਲਾਉਣਾ ਮਹਾਰਾਜ ਨੇ ਉਹਦੇ ਲਾ ਕੇ ਰੱਖਣਾ ਉਹ ਰੱਖਿਆ ਗਿਆ ਬਾਈ ਪਾਰਸਮੈਨ ਨਾਂ ਰੱਖਿਆਗਾ ਘੋੜਾ ਸੀ ਨਾ ਬਾਈ ਇੰਦਰ ਕੋਲੇ ਤੁੰਗ ਹਾਂਜੀ ਇੰਦਰ ਤੁੰਗ ਕੋਲੇ ਲਧਿਆਨੇ ਹਾਂ ਹਾਂ ਬਾਈ ਮੈਨੂੰ ਬਾਈ ਉਹ ਘੋੜਾ ਬਹੁਤ ਸੋਹਣਾ ਲੱਗਦਾ ਸੀਗਾ ਇੰਦਰ ਤੁੰਗ ਵਾਲਾ ਜੀ ਹਾਂ ਜਿਹੜਾ ਬਈ ਪੂਰਾ ਹੋ ਗਿਆ ਘੋੜਾ ਨੂਰੇ ਦਾ ਸੀਗਾ ਘੋੜਾ ਸੋਹਣਾ ਵੀ ਬਈ ਬਹੁਤ ਸੀਗਾ ਬਹੁਤ ਸੁਨਖਾਰ ਬਹੁਤ ਸੋਹਣਾ ਘੋੜਾ ਮੈਨੂੰ ਬੜਾ ਸੋਹਣਾ ਲੱਗਦਾ ਸੀ ਬਈ ਹਾਂਜੀ ਬਈ ਚਲੋ ਉਹਦੀ ਵਿਚਾਰੇ ਦੀ ਘਟ ਗਈ ਬਈ ਠੀਕ ਹੈ ਉਹ ਬੜਾ ਵੱਡਾ ਘਟਾ ਪਿਆ ਮੈਨੂੰ ਬਈ ਉਹਦਾ ਨਾਮ ਵੇਖ ਕੇ ਮੈਨੂੰ ਬਹੁਤ ਸੋਹਣਾ ਲੱਗਿਆ ਨਾ ਤਾਂ ਮੇਰੇ ਹੋਰ ਵੀ ਬੜੇ ਬਈ ਸਾਰਿਆਂ ਦੇ ਲੈਦੇ ਜੀ ਘੋੜੀਆਂ ਦੇ ਰੱਖੇ ਪਰ ਮੈਨੂੰ ਛੋਟਾ ਉਹ ਮਤਲਬ ਵੀ ਛੋਟਾ ਬਸ਼ੇਰਾ ਹੀ ਉਦੋਂ ਬੜਾ ਸੋਹਣਾ ਲੱਗਿਆ ਤੇ ਘੋੜਾ ਬਣਿਆ ਜਦੋਂ ਹਮ ਮੈਂ ਬਈ ਫਿਰ ਇਹਦਾ ਨਾਮ ਮੈਨੂੰ ਜਮਾ ਕਾਪੀ ਲੱਗੀ ਮੈਂ ਕਹੇ ਬਈ ਹੋ ਜੀ ਜੀ ਬਣੂ ਮਹਾਰਾਜ ਬਣਾਊਗਾ ਬਣਾ ਦੇ ਬਈ ਜੀ ਉਹ ਤਾਂ ਹੋਏ ਬਈ ਤੁਸੀਂ ਹਾਂ ਉਹ ਚੀਜ਼ ਤਾਂ ਬਈ ਤੇ ਆਪਾਂ ਪਾਰਸ ਰੱਖਿਆ ਠੀਕ ਆ ਬਈ ਤੇ ਬਾਕੀ ਬਈ ਆਪਾਂ ਪਾਰਸ ਦੀਆਂ ਤਾਂ ਲਗਭਗ ਸਾਰੀਆਂ ਗੱਲਾਂ ਆਪਾਂ ਕਰ ਹੀ ਲਈਆਂ ਆਪਣੇ ਸੱਜਣ ਪਿਆਰਿਆਂ ਨੂੰ ਫੀਸ ਵੀ ਦੱਸਤੀ ਸਾਰਾ ਹਨਾ ਹਾਂਜੀ ਹਾਂਜੀ ਤੇ ਉਹ ਗੱਲਬਾਤ ਤਾਂ ਹੋ ਗਈ ਬਈ ਦੂਜੀ ਗੱਲ ਬਈ ਲੋਕੇਸ਼ਨ ਦਿਆ ਗਈ ਤਾਂ ਲੋਕੇਸ਼ਨ ਬਈ ਆਪਣੀ ਜਿਹੜੀ ਬਠਿੰਡਾ ਤੋਂ ਮੁਕਸਰ ਰੋੜਾ ਹਾਂਜੀ ਹਾਂਜੀ ਬਈ ਨਹਿਰਾ ਟੱਪਣਸਾਰ ਦੋ ਜੋੜੀਆਂ ਨਹਿਰਾ ਹੁੰਦੀਆਂ ਬਈ ਭੁੱਲਰ ਪਿੰਡ ਦੇ ਹਾਂਜੀ ਹਾਂਜੀ ਭੁੱਲਰ ਪਿੰਡ 'ਚ ਵੜਨ ਤੋਂ ਪਹਿਲਾਂ ਦੋ ਦੋਸਤੋਂ ਦੋ ਜੋੜੀਆਂ ਨਹਿਰਾ ਹੁੰਦੀਆਂ ਇੱਕ ਚੌੜੀਏ ਰਸਤਾਂ ਵਾਲੀ ਇੱਕ ਆਪਣੇ ਪੰਜਾਬ ਵਾਲੀ ਹਾਂਜੀ ਹਾਂਜੀ ਉਹ ਨਹਿਰਾ ਟੱਪ ਕੇ ਭੁੱਲਰ ਪਿੰਡ ਆ ਜੂ ਭੁੱਲਰ ਪਿੰਡ ਟੱਪਣਸਾਰ ਤੁਹਾਨੂੰ ਬੋਰਡ ਲੱਗਿਆ ਮਿਲ ਜੂ ਬੁਨੇਰਾ ਦੇ ਬਈ ਹਾਂ ਲਗਭਗ ਕਿਲੋਕੀਮੀਟਰ ਵਾਰ ਤੇ ਆਪਣਾ ਫਲੈਕਸ ਲੱਗਿਆ ਘੋੜੇ ਦਾ ਹਾਂਜੀ ਹਾਂਜੀ ਉਹ ਸਿੱਧੀ ਲੁਕੇਸ਼ਨ ਆਪਣੇ ਘਰੇ ਲੈ ਕੇ ਆਉਗੀ ਹਾਂਜੀ ਬਈ ਉਹ ਅਸੀਂ ਵੀ ਜਦੋਂ ਬਈ ਆਏ ਸਾਨੂੰ ਕੋਈ ਲੋਕੇਸ਼ਨ ਦੀ ਲੋੜ ਨਹੀਂ ਪਈ ਦੋਸਤੋ ਤੇ ਉਹ ਜਦੋਂ ਬੋਰਡ ਦੀ ਸੇਧ ਨੂੰ ਤੁਸੀਂ ਸੜਕ ਤੇ ਪੈ ਗਏ ਉਦੋਂ ਬਾਅਦ ਸੜਕ ਨਾਲ ਛੱਡਿਓ ਸਿੱਧੀ ਬਾਈ ਦੇ ਘਰੇ ਆ ਕੇ ਸੜਕ ਖਤਮ ਹੋਊਗੀ ਇਹ ਸਿੰਪਲ ਜੀ ਲੋਕੇਸ਼ਨ ਕੋਈ ਵੀ ਭਰਾ ਅਣਜਾਣ ਵੀ ਆ ਸਕਦਾ ਜਿਸ ਨੂੰ ਕੋਈ ਮੈਪ ਮੁੱਕ ਨਹੀਂ ਦਿਲਣਾ ਹਾਂਜੀ 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 ਤੇ ਬਾਈ ਹੋਰ ਜਾਨਵਰ ਕਿੰਨੇ ਰੱਖੇ ਹੋਇਆ ਬੰਦਾ ਬਈ ਜਾਨਵਰ ਮੇਰੇ ਕੋਲੇ ਹੁਣ 4-5 ਆ ਵੀਰੇ ਹੋਰ ਅੱਛਾ ਬਈ ਹਾਂ ਉਹ ਕਰੇ ਹੀ ਆ ਬਈ ਬਸ ਆਪਣੇ ਸੇਲ ਵਾਲੇ ਨਹੀਂ ਉਹ ਜਾਨਵਰ ਹੂੰ ਤੇ ਪੁੱਲਰ ਬਾਈ ਮਤਲਬ ਸੇਲ ਪਰਚੇ ਵਾਲਾ ਘਾਟੀ ਆ ਘਰੇ ਸ਼ੌਂਕ ਨੂੰ ਜਾਂ ਹਾਂ ਸ਼ੌਂਕ ਨੂੰ ਬਾਈ ਆਪਾਂ ਨੂੰ ਪਤਾ ਕੀ ਹੈ ਬਾਈ ਚ ਕੋੜੀ ਵੀ ਲੈ ਕੇ ਆਉਣੀ ਆਪਾਂ ਲੈ ਵੀ ਆਉਣੇ ਬਾਈ ਘੋੜੀਆਂ ਚੰਗੀਆਂ ਘੋੜੀਆਂ ਲੈ ਆ ਜਿੱਦੀਆਂ ਠੀਕ ਹੈ ਜੀ ਆਪਾਂ ਨੂੰ ਇਹ ਨਹੀਂ ਬਾਈ ਉਹ ਸੇਲ ਹੋਊਗੀ ਜੇ ਨਾ ਵੀ ਹੋਊਗੀ ਤਾਂ ਫਿਰ ਆਪਾਂ ਨੂੰ ਬੱਚਾ ਬਾਈ ਚੰਗੀ ਘੋੜੀ ਤੇ ਚੰਗਾ ਹੀ ਲੈਵਾਂਗੇ ਹਾਂ ਬਈ ਇੱਕ ਪੁੱਲਰ ਬਾਈ ਮਤਲਬ ਹਾਈਟ ਦਾ ਤੇ ਲੈਂਥ ਦਾ ਸ਼ੌਂਕ ਮੈਨੂੰ ਤੁਹਾਨੂੰ ਖਾਸਾ ਲੱਗਦਾ ਜਿਵੇਂ ਕਿ ਲੈਂਥ ਆਪਣੇ ਘੋੜੇ ਦੀ ਵੀ ਬਹੁਤ ਆਪਸ ਜਿਹੜੀਆਂ ਇਧਰ ਬਈ ਦੋ ਬਸ਼ੇਰੀਆਂ ਖੜੀਆਂ ਨੇ ਇੱਕ ਆਪਣੇ ਉਹਦੀ ਦੱਸਦੀ ਤੁਸੀਂ ਅਰਜੰਦੀ ਇਹ ਕਰਜੰਦੀ ਆ ਬਈ ਹਾਂ ਇਹ ਕਰਜੰਦੀ ਆ ਬਈ ਇੱਕ ਦੂਜੀ ਕਿਹੜੀ ਦੀ ਸੀ ਇੱਕ ਹੋਰ ਲੈਣਦੀ ਆ ਬਈ ਹੋਰ ਲੈਣਦੀ ਉਹਨਾਂ ਦੀ ਵੀ ਬਈ ਹਾਈਟ ਹੋਡ ਤੇ ਮਤਲਬ ਚਗਾਠਾ ਚੰਗਾ ਬਹੁਤ ਬਈ ਘੋੜਿਆਂ ਨਾਲੋਂ ਵੀ ਵੱਡੀਆਂ ਉਹ ਘੋੜਿਆਂ ਨਾਲੋਂ ਹੋਰ ਆਮ ਘੋੜਿਆਂ ਨਾਲੋਂ ਵੀ ਉਹ ਬਈ ਮਨ ਲੋ ਵੱਡੀਆਂ ਤੇ ਲੰਮੀਆਂ ਹੋਊਗਾ ਅੰਦਰ ਖੜੀ ਨੂੰ ਦਾ ਹੁਣ ਬਾਈ ਮੇਰੇ ਵਰਗਾ ਬੰਦਾ ਦਾ ਘੋੜੀ ਦੱਸੂਗਾ ਵੀ ਇਹ ਨਾ ਬਾਈ ਹਾਈਟ ਬਹੁਤ ਆ ਵੇਹਰੀ 70 ਇੰਚ ਦੀ ਹੋਗੀ ਬਾਈ 70 ਇੰਚ ਦੀ ਹੋਗੀ ਹਾਂ ਬਹੁਤ ਵੱਡੀ ਗੱਲ ਆ ਆਪਾਂ ਚਲੋ ਬਾਹਰ ਨਹੀਂ ਬਾਈ ਉਹਦੀ ਕੋਈ ਫੋਟੋ ਨਹੀਂ ਪਾਉਣੀ ਆ ਕੱਢੇ ਨਹੀਂ ਕਰੇ ਆਸਤੇ ਰੱਖੀਆਂ ਮੈਨਾਂ ਉਹ ਠੀਕ ਆ ਬਰੀਡਿੰਗ ਆਸਤੇ ਰੱਖੀਆਂ ਹੋਈਆਂ ਬਰੀਡਿੰਗ ਵਾਸਤੇ ਹੋਗੇ ਹਾਂ ਗਾਂ ਬਾਈ ਉਹਨਾਂ ਤੋਂ ਫੇਰ ਕੋਈ ਹੋਰ ਮਹਾਰਾਜ ਨੇ ਕੀਤਾ ਦਾ ਘੋੜੇ ਤਿਆਰ ਕਰਾਂਗੇ ਮਤਲਬ ਬਾਈ ਭੁੱਲ ਰਾਵੀ ਪੂਰਾ ਐਨ ਮਥੀ ਬੈਠਾ ਵੀ ਅੱਗੇ ਤਾਂ ਫਿਰ ਤੱਕ ਪੋਣੀ ਆ ਬੁੱਧਾ ਬਾਈ 24 ਘੰਟੇ ਆਪਾਂ ਕੱਲੇ ਕੋੜਿਆਂ ਤੇ ਆ ਦਿਨੇ ਵੀ ਕੋੜਿਆਂ 'ਚ ਤੇ ਮੈਂ ਰਾਤ ਨੂੰ ਵੀ ਕੋੜਿਆਂ 'ਚ ਆਪਾਂ ਬਾਈ ਰਿਸ਼ਤੇਦਾਰੀ 'ਚ ਵੀ ਨਹੀਂ ਜਾਇਆ ਜਾਂਦਾ ਆਪਾਂ ਨੂੰ ਬਾਈ ਇਹਨਾਂ ਨਾਲ ਲਗਾ ਤੇ ਪਿਆਰ ਹੀ ਇਹਨਾਂ ਲਗਾ ਤੇ ਪਿਆਰ ਹੀ 24 ਘੰਟੇ ਬਾਈ ਮੈਂ ਤਾਂ ਬਸ ਕੋੜਿਆਂ ਕੋਲੇ ਜੇ ਸ਼ਹਿਰ ਵੀ ਜਾਵਣਾ ਤਾਂ ਮਗਰ ਫੋਨ ਕਰੂੰਗਾ ਵੀ ਕੀ ਕਰੀ ਜਾਂਦੇ ਆ ਕਿਵੇਂ ਕੀ ਕਰ ਲਿਆ ਬਾਈ ਤੇ ਬਾਈ ਮੈਨੂੰ ਲੱਗਾ ਬਠਿੰਡੇ ਕੰਨੀੋਂ ਤੋਂ ਮੈਂ ਆਈ ਆ ਹਾਂਜੀ ਹਾਂਜੀ 30 ਤੇ 35 35 ਕਿਲੋ ਬਣਾਉਗਾ ਬਾਈ ਬਠਿੰਡੇ ਤੋਂ 35 ਕਿਲੋਮੀਟਰ ਬਾਅਦ ਹੋਊਗਾ ਤੇ ਮੁਕਸਰ ਤੋਂ 7 ਕਿਲੋ ਅਕਸਰ ਤੋਂ ਬਠਿੰਡਾ ਰੋਡ ਦੇ ਉੱਤੇ ਹਾਂਜੀ ਕੋਈ ਵੱਡੇ ਰੋਡ ਦੇ ਉੱਤੇ ਹੀ ਆ ਗਿਆ ਜਮ ਹਾਂਜੀ ਹਾਂਜੀ ਤੇ ਬਾਕੀ ਬਾਈ ਹੁਣ ਇਸ ਤੋਂ ਬਾਅਦ ਖੁੱਲਾ ਆਪਣੇ ਭਰਾਵਾਂ ਨੂੰ ਸਦਾ ਖੁੱਲਾਗਾ ਹਾਂ ਖੁੱਲਾ ਬਾਈ ਕੋਈ ਚੈੱਕ ਨਹੀਂ ਜਦੋਂ ਮਨ ਚਾਹੋ ਬਾਈ ਦਿਨੇ ਆਓ ਰਾਤ ਨੂੰ ਆਓ ਠੀਕ ਹੈ ਜੀ ਘੋੜੀਆਂ ਜਦੋਂ ਮਲਾਉਣੀਆਂ ਬਾਈ ਜੇ ਘੋੜੀ ਛੱਡ ਕੇ ਜਾਣੀ ਹੈ ਤਾਂ ਤਾਂ ਵੀ ਬਾਈ ਕੋਈ ਚੈੱਕ ਨਹੀਂ ਆਪਾਂ ਕੋਲ ਕਮਰੇ ਹੈਗੇ ਸਟੇਬਲ ਦਾ ਪ੍ਰਬੰਧ ਹੈਗਾ ਹੈਗਾ ਬਾਈ ਸਾਰਾ ਇੱਥੇ ਕਿਉਂਕਿ ਜਗਾ ਬਾਈ ਖੁੱਲੀ ਡੁੱਲੀ ਆ ਉਰੇ ਤਾਂ ਬਹੁਤ ਥੋੜਾ ਬਰਤਣੀਆਂ ਨੇ ਹਾਂ ਬਣਾਇਆ ਵੇ ਬਈ ਆਪਣਾ ਸਿਸਟਮ ਤੇ ਸਟੇਬਲ ਦਾ ਖਰਚਾ ਵਰਚਾ ਫਿਰ ਬਈ ਲੱਗ ਤੋਂ ਹਾਂ ਉਹ ਪਤਾ ਕੀ ਹੈ ਜੇ ਕਿਸ ਨੇ ਚੈੱਕ ਪਾਸ ਕਰਾਉਣੀ ਹੈ ਬਾਈ ਮੰਨ ਲਓ ਛੱਡ ਕੇ ਜਾਣੀ ਹੈ ਮਹੀਨੇ ਅਸਤੇ ਘੋੜ ਇੱਕ ਸਹਾ ਹਾਂ ਲੱਗੂਗਾ ਮਹੀਨੇ ਦਾ ਹਾਂ ਠੀਕ ਆ ਜੇ ਕਿਸੇ ਨੇ ਮੰਨ ਲਓ 5 6 ਹਫਤਾ ਲੱਗਦਾ ਉਹਦਾ ਬਾਈ ਕੋਈ ਚੱਕ ਹਫਤੇ 10 ਦਿਨ ਦਾ ਕੋਈ ਨਾ ਕੋਈ ਚੱਕਰ ਨਹੀਂ ਬਾਈ ਕਈ ਵਾਰੀ ਕੋੜੀ ਮੰਨ ਲਓ ਕਈ ਵਾਰੀ ਕਈ ਬਾਈ ਇਹੋ ਜੇ ਆ ਮੰਨ ਲਓ ਭਰਾ ਉਥੇ ਡਾਕਟਰਾਂ ਦੇ ਬਾਈ ਘੱਟ ਹੁੰਦਾ ਸਿਸਟਮ ਹਾਂਜੀ ਬਾਈ ਕੋੜੀ ਮੰਨ ਲਓ ਥੋੜੀ ਜੀ ਹੀਟ ਚ ਕੱਚੀ ਜਾ ਜਾਂਦੀ ਹੈ ਬਾਈ ਜਿੰਨਾ ਚਿਰ ਮੰਨ ਲਓ ਕੋੜੀ ਇੱਥੋਂ ਬਾਈ ਆਪਾਂ ਚੈੱਕ ਕਰਵਾ ਲੈਂਦੇ ਆ ਠੀਕ ਹੈ ਜੀ ਡਾਕਟਰਾਂ ਤੋਂ ਹਾਂਜੀ ਬਾਈ ਜਦੋਂ ਡਾਕਟਰ ਨੇ ਆਤਾ ਬਾਈ ਉਦੋਂ ਆਪਾਂ ਕੋੜਾ ਦੇ ਦਿੰਨੇ ਆ ਕੋੜਾ ਬਾਈ ਆਪਾਂ ਇਹ ਨਹੀਂ ਵੀ 1 ਇੱਕ ਹੀ ਦਿਨ 1 ਇੱਕ ਹੀ ਦਿਨ ਆ ਬਾਈ ਜਿੰਨਾ ਚਿਰ ਬਾਈ ਕਲੀਅਰ ਨਹੀਂ ਹੁੰਦੀ ਦੋ ਕੋੜੇ ਲੈਂਦੀ ਆ ਆਪਾਂ ਦੋ ਵੀ ਦੇਵਾਂਗੇ ਜੇ ਤਿੰਨ ਲੈਂਦੀ ਆ ਤਾਂ ਆਪਾਂ ਤਿੰਨ ਵੀ ਦੇਵਾਂਗੇ ਠੀਕ ਆ ਬਾਈ ਜਿੰਨਾ ਚਿਰ ਡਾਕਟਰ ਹਰੀ ਲਘੀਰ ਨਹੀਂ ਮਾਰਦਾ ਬਈ ਓਕੇ ਆ ਇਹ ਹੁਣ ਤੁਸੀਂ ਲ ਜਾ ਸਕਦੇ ਹੋ ਉਹਨਾਂ ਟਾਈਮ ਉਹਨਾਂ ਜਰ ਆਪਾਂ ਨੂੰ ਬਾਈ ਕੋਈ ਚੈੱਕ ਕਰਨੀ ਗਏ ਇੱਥੇ ਜੇ ਬੰਦੇ ਨੇ ਵੀ ਹਾਂ ਰਹਿਣਾ ਹੋਵੇ ਬੰਦੇ ਆ ਇੱਥੇ ਵੀ ਬਾਈ ਸਾਰਾ ਸਿਸਟਮ ਹੈ ਜਿਆ ਰਹਿਣਾ ਹੋਵੇ ਤਾਂ ਤੇ ਭੁੱਲਰ ਬਾਈ ਆਪਣੇ ਬਾਪੂ ਜੀ ਦਾ ਕੀ ਨਾਮ ਆ ਤੇ ਬਾਈ ਬਾਪੂ ਜੀ ਮੇਰੇ ਬਾਪੂ ਜੀ ਆ ਸਰਦਾਰ ਗੁਰਪ੍ਰੇ ਸਿੰਘ ਭੁੱਲਰ ਜੀ ਤੇ ਸਾਡੇ ਚਾਚਾ ਜੀ ਆ ਜੀ ਇੱਧਰ ਬਾਈ ਚਾਚਾ ਜੀ ਆ ਹਾਂ ਗੁਰਤੇਜ ਸਿੰਘ ਜੀ ਠੀਕ ਆ ਇਹ ਵੀ ਬ੍ਰਦਰੀ ਆ ਚਾਚੇ ਤਾਇਿਆਂ ਦੇ ਬੇਟੀ ਆ ਸੀ ਬਈ ਮਤਲਬ ਬਾਪੂ ਜੀ ਹੋਰੀ ਦੇ ਤਿੰਨ ਭਾਈ ਸੀ ਬਈ ਹਾਂ ਇਹ ਬਾਪੂ ਹੋਰੀ ਤਿੰਨ ਭਾਈ ਹੈ ਜੀ ਹਾਂ ਜੀ ਬਈ ਤੇ ਭੁੱਲਰ ਬਈ ਕੋਈ ਹੋਰ ਗੱਲਬਾਤ ਆਪਣੇ ਕਰਨ ਕੋਈ ਆਪਣੇ ਸੱਜਣ ਬਸ ਆਪਣਾ ਤਾਂ ਬਈਆ ਮੁੰਡਿਆਂ ਦਾ ਬਾਹਲਾ ਸ਼ੁਕਰ ਗਾ ਜਿਹੜਾ ਘੋੜਾ ਪਾਲਦੇ ਆ ਘੋੜਾ ਇਹਨਾਂ ਦਾ 24 ਘੰਟੇ ਮਤਲਬ ਘੋੜਾ ਇਹਨਾਂ ਨੇ ਪਾਲ ਕੇ ਤਿਆਰ ਕੀਤੇ ਆ ਤੇ ਗਾਂ ਅੱਗੇ ਹੋਰ ਵੀ ਤਿਆਰ ਕਰੀ ਜੰਨੇ ਆ ਬਈ ਉਹ ਆਉਣ ਵਾਲੇ ਟਾਈਮ 'ਚ ਹੀ ਕੱਢਾਂਗੇ ਉਹ ਦਿਨ ਕੱਢਨੇ ਆ ਜਿਵੇਂ ਬਾਈ ਭੁੱਲਰ ਤੂੰ ਕਹਿੰਦਾ ਵੀ ਕਹਿੰਦਾ ਬੰਦਾ ਇੱਕ ਬੰਦਾ ਗੱਲਾਂ ਮਾਲਕ ਘੋੜਾ ਨਹੀਂ ਬਣਾਉਂਦਾ ਨਹੀਂ ਨਹੀਂ ਬਣਦਾ ਬਈ ਇਹ ਜੇ 5 6 ਬੰਦੇ ਆ ਉਹਦਾ ਹੱਥ ਹੁੰਦਾ ਘੋੜਾ ਬਣਾਉਣ ਜੀ ਹਾਂਜੀ ਬਈ ਸਹੀ ਗੱਲ ਆ ਉਹਦੇ ਚ ਬਈ ਸਾਰਿਆਂ ਤੋਂ ਵੱਡਾ ਹੱਥ ਆ ਇਹ ਮੁੰਡੇ ਆ ਜਿਹੜੇ ਮੇਰੇ ਮਗਰ ਖੜੇ ਆ ਇਹਨਾਂ ਨੇ ਬਈ 24 ਘੰਟਾ ਉਹਨਾਂ ਦੀਆਂ ਮਾਲਸ਼ਾਂ ਕਰਨ ਠੀਕ ਆ ਖਵਾਉਣਾ ਪਿਵਾਉਣਾ ਪਾਣੀ ਧਾਣੀ ਬਈ ਮੰਨ ਲਓ ਬਾਲਟੀਆਂ ਨਾਲ ਪਿਵਾਉਣਾ ਅੱਗੇ ਟੱਬ ਲਾਉਣੇ ਆ ਜੀ ਜੇ ਮਾੜਾ ਮੋਟਾ ਵੀ ਇਹ ਤੇ ਇਹਨਾਂ ਨੇ ਬਈ ਉੱਥੇ ਸਾਰਾ ਕੁਝ ਕਰਨਾ ਹਾਂ ਉਹਦੇ 'ਚ ਇਹ ਵੀ ਬਾਈ ਮੁੰਡੇ ਵੀ ਆ ਜਾਂਦੇ ਆ ਜੇ ਮੰਨ ਲਓ ਉਹਦੇ 'ਚ ਡਾਕਟਰ ਦੀ ਬਾਈ ਬਹੁਤ ਵੱਡੀ ਝੂਲਦਾ ਡਾਕਟਰ ਦਾ ਵੀ ਹੱਥ ਬਾਈ ਘੋੜਾ ਬਣਾਉਣ ਤੇ ਘੋੜੀ ਬਣਾਉਣ ਤੇ ਬਹੁਤ ਵੱਡਾ ਹੁੰਦਾ ਫੇਰ ਬਾਈ ਫੈਰ ਯਾਰ ਹੋ ਗਿਆ ਫੈਰ ਯਾਰ ਵੀ ਜ਼ਰੂਰੀ ਠੀਕ ਹੈ 5 6 ਬੰਦਿਆਂ ਦਾ ਬਾਈ ਸੰਯੋਗ ਨਾਲ ਘੋੜਾ ਬੰਦਾ ਜੇ ਇੱਕ ਬੰਦਾ ਆਦੂ ਮੈਂ ਕੱਲਾ ਮੈਂ ਘੋੜਾ ਲਿਆ ਕੇ ਬੰਨ ਕੇ ਬਣਾ ਲੂੰਗਾ ਬਾਈ ਨਹੀਂ ਬੰਦਦਾ ਘੋੜਾ ਉਹੀ ਗੱਲ ਬਾਈ ਉਹ 5 6 ਬੰਦਿਆਂ 'ਚ ਇੱਕ ਬੰਦਾ ਵੀ ਆਪਾਂ ਘੜਦਗੇ ਫੈਰ ਯਾਰ ਪਾਸੇ ਘੜਦਗੇ ਡਾਕਟਰ ਪਾਸੇ ਘੜਦਿਏ ਹਾਂ ਸੇਵਾਦਾਰ ਪਾਸੇ ਘੜਦਿਏ ਤਾਂ ਬਾਈ ਉਹ ਘੋੜਾ ਅਧੂਰਾ ਰਹਿੰਦਾ ਨਹੀਂ ਨਹੀਂ ਨਾ ਨੂੰ ਪਾਤਾ ਤੇ ਘੋੜਾ ਬਣ ਜਾਊਗਾ ਨਹੀਂ ਬਣਦਾ ਹਾਂਜੀ ਇੱਕ ਪੁੱਲਰ ਬਾਈ ਜਿਹੜਾ ਆਪਣੇ ਕੋਲੇ ਇੱਧਰ ਇੱਧਰ ਖੁੱਲੇ ਥਾਂ 'ਚ ਫਿਰਦਾ ਸੀ ਉਹ ਕੀ ਚੀਜ਼ ਆ ਉਹ ਕਾਰਤੂਸ਼ ਹੈ ਬਾਈ ਅੱਛਾ ਬਾਈ ਉਹ ਕਿਵੇਂ ਉਹਦਾ ਨਾਂ ਰੱਖਿਆ ਯਾਰ ਜਵਾਕਾਂ ਨੇ ਕਾਰਤੂਸ਼ ਕਾਰਤੂਸ਼ ਨਾਂ ਰੱਖਦਾ ਹਾਂ ਨਾਂ ਰੱਖਦਾ ਬਾਈ ਉਹ ਫਿਰ ਬਾਈ ਕਾਹਦੇ ਕੰਮ ਆਉਂਦਾ ਉਹ ਬਾਈ ਹੀਟ ਜਿਵੇਂ ਮੰਨ ਲਓ ਘੋੜੀਆਂ ਵੀ ਕਈ ਵਾਰੀ ਕਿਸੇ ਭਰਾ ਦੀ ਘੋੜੀ ਹੀਟ ਨਹੀਂ ਕੱਢਦੀ ਠੀਕ ਆ ਬਾਈ ਠੀਕ ਆ ਕੱਤੀ ਬਿੱਲੀ ਰਹਿ ਜਾਂਦੀ ਆ ਹਾਂ ਕੱਤੀ ਬਿੱਲੀ ਕਈ ਕਰਾਂ ਜੀ ਬਾਈ ਕਲ ਸਿੰਗਲ ਘੋੜੀ ਹੁੰਦੀ ਆ ਮੰਨ ਲਓ ਪਤਾ ਨਹੀਂ ਲੱਗਦਾ ਕਈ ਵਾਰੀ ਬੰਦੇ ਇਹਨੂੰ ਠੀਕ ਆ ਜਾਂ ਹੇਟ ਨਹੀਂ ਕੱਢਦੀ ਉਹ ਇੱਥੇ ਬਾਈ ਫਿਰ ਲੋਡ ਆਪਾਂ ਨੂੰ ਤਾਂ ਹੈਲਪਰ ਦੀ ਬਾਈ ਪੈਂਦੀ ਆ ਉਹ ਆਪਾਂ ਤਾਂ ਲਿਆ ਕੇ ਰੱਖ ਲਿਆ ਬਾਈ ਕੋਈ ਆਪਣੇ ਭਰਾ ਨੂੰ ਇੱਥੇ ਚਾਹੀਦਾ ਹੁੰਦਾ ਨੇੜੇ ਘੋੜੀ ਮਲਾਉਣੀ ਹੁੰਦੀ ਆ ਠੀਕ ਆ ਤੇ ਆਪਾਂ ਉਹਦੇ ਆਹ ਤੇ ਵੀ ਆਓ ਤੇ ਇੱਥੋਂ ਆਦਾ ਲੈ ਜਾਓ ਬਾਈ ਕਿ ਨਹੀਂ ਉਹ ਸੇਵਾ ਤੌਰ ਤੇ ਰੱਖਿਆ ਉਹ ਸੇਵਾ ਤੌਰ ਤੇ ਬਾਈ ਉਹਦਾ ਕੋਈ ਕੋਈ ਚਾਰਜ ਨਹੀਂ ਠੀਟ ਘੜਾਓ ਤੇ ਮੇਰਾ ਘਰੇ ਛੱਡ ਜੋ ਬਸ ਠੀਕ ਆ ਉਹ ਉਹ ਸੇਵਾਦਾਰਾਂ ਵਾਸਤੇ ਵੀ ਮੰਨ ਕੇ ਚੱਲੋ ਜੇ ਕੋਈ ਭਰਾ ਸੇ ਬਸੇ ਨੇੜੇ ਪਿੰਡ ਦਾ ਜਾਂ ਕਿਤੇ ਹਨਾ ਲੈ ਕੇ ਜਾਣਾ ਚਾਹੁੰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਪੰਜ ਚਾਰ ਦਿਨ ਲਿਆ ਜਾਂਦੇ ਆ ਜਦੋਂ ਕੁੜੀ ਨੇ ਹੀਟ ਕੱਢ ਲਈ ਉਦੋਂ ਛੱਡ ਜਾਂਦੇ ਆ ਹਾਂ ਛੱਡ ਜਾਂਦਾ ਨਾ ਭਾਈ ਉਹ ਮੈਂ ਵੀ ਇੱਕ ਵਾਰੀ ਵੀਡੀਓ ਦੇਖੀ ਸੀ ਹਾਂਜੀ ਭੁਲਰਾ ਨੂੰ ਗੱਲਾਂ ਜੇ ਗੱਲਾਂ ਆ ਗਈ ਉਹ ਬਰਾਵਾ ਟਬੂਸੀਆਂ ਜਾਂ ਮਾਰੀ ਜਾਂ ਹੁਣ ਉਹ ਹੀਟ ਆਟੋਮੈਟਿਕਲੀ ਆਉਗੀ ਬਾਈ ਹਾਂਜੀ ਨਹੀਂ ਬਾਈ ਇਹਦੇ ਨਾਲ ਬਾਈ ਬਹੁਤ ਮੰਨ ਲਓ ਇੱਕ ਤਾਂ ਆਪਾਂ ਬਾਈ ਟੀਕੇ ਲਾ ਕੇ ਕਰਵਾਉਂਦੇ ਆ ਇੱਕ ਨੈਚੁਰਲ ਆਉਣੀ ਹੈ ਬਾਈ ਠੀਕ ਹੈ ਹੁਣ ਕਈ ਘੋੜੀਆਂ ਬਾਈ ਐਜੀਆਂ ਹੁੰਦੀਆਂ ਮੰਨ ਲਓ ਸਾਇਲੈਂਟ ਹੁੰਦੀ ਹੈ ਹੀਟ ਜਮਾ ਗੁੰਗੀ ਹੀਟ ਆ ਹਾਂਜੀ ਹਾਂਜੀ ਬਾਈ ਉਹਨੇ ਨਾ ਤਾਂ ਬਾਈ ਕੋਈ ਇੰਡੀਕੇਟਰ ਦੇਣਾ ਨਾ ਉਹਨੇ ਮੂਤ ਨਾ ਕੋਈ ਵੀ ਹਰਕਤ ਨਹੀਂ ਕਰਦੀ ਹਰਕਤ ਨਹੀਂ ਕਰਦੀ ਉਹ ਹੀਟ ਚ ਕੀ ਪਤਾ ਬਾਈ ਕਿੰਨੇ ਘਰੀ ਆ ਕੇ ਘੋੜੀ ਮੜ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਬਾਈ ਨਹੀਂ ਪਤਾ ਲੱਗਦਾ ਬਾਈ ਮੰਨ ਲਓ ਇਹ ਕੋਲੇ ਜਦੋਂ ਆਪਾਂ ਠੱਲਾਂਗੇ ਬਾਈ ਹਾਂਜੀ ਬਾਈ ਘੋੜੀ ਆਟੋ ਸਹੀ ਗੱਲ ਆ ਨਹੀਂ ਕਈ ਵਾਰੀ ਇਹ ਜਿੰਗ ਗੁੰਗੀਆਂ ਹੁੰਦੀਆਂ ਬਾਈ ਗੁੰਗੀਆਂ ਹੀਟ ਵਾਲੀਆਂ ਉਹ ਉਹ ਕੋੜੇ ਕੋਲੇ ਆ ਕੇ ਜ਼ਰੂਰ ਸ਼ੋਅ ਕਰਨੀਆਂ ਪਰ ਘਰੇ ਬੰਦੇ ਨੂੰ ਜਜਮੈਂਟ ਨਹੀਂ ਹੁੰਦੀ ਭੁੱਲਰ ਬਾਈ ਇਹੇ ਟਰਿਕ ਦਾ ਮੇਰੇ ਹਿਸਾਬ ਨਾਲ ਅੱਦੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੁੰਨੀ ਆਪਣੇ ਘੂੜਗਾਣਾ ਇਹਨੂੰ ਹਣਾ ਹਾਂਜੀ ਬਾਈ ਇਹ ਵੀ ਬ ਇੱਕ ਚੌਂਤਕਾਰੇ ਕਰਦਾ ਬਾਈ ਤੂੰ ਤੇ ਲਾਸਟ ਵਿੱਚ ਬਾਈ ਭੁੱਲਰ ਬਹੁਤ ਬਹੁਤ ਧੰਨਵਾਦ ਸਾਰੇ ਹੋਰ ਵੀ ਜਿੰਨੇ ਭਰਾ ਨੇ ਬਾਪੂ ਜੀ ਖੁਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਬਾਈ ਭੁੱਲਰ ਕੋਲ 파ਰਸ ਕੋੜਾ 16000 ਰੁਪਿਆ ਫੀਸ ਆ ਕੋਈ ਵੀ ਭਰਾ ਸਰਵਿਸ ਲੈਣਾ ਚਾਹੁੰਦਾ ਬਾਈ ਦਾ ਨੰਬਰ ਤੁਹਾਨੂੰ ਮੈਂ ਡਿਸਪਲੇ ਤੇ ਦੇਤਾ ਬੇਝੇ ਜੇ ਇੱਕ ਬਾਈ ਨੂੰ ਫੋਨ ਕਰੋ ਤੇ ਘੋੜੇ ਦੀ ਸਰਵਿਸ ਲਓ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ